सत श्री अकाल दोस्तों, मैं थोड़ा अपना गुर रंधावा, तुसी वेख रहे हो चैनल हैप्पी हैप्पी एंटरटेनमेंट। तो दोस्तों, साढ़े जिन्हें भी प्रोग्राम आते तुहाडे लई एक मैसेज लैके आते और तुहाडे विच एक ऐसी एनर्जी भरते हैं कि तुसी अपने जीवन में कुछ ना कुछ करन दी तांग पैदा कर लेंदे हो। चाहे साड़ियां शॉर्ट फिल्मां होण, चाहे साढ़े होर ईवेंट होण, ते चाहे किसी खास सज्जना दे नाल मुलाकात होवे। तो दोस्तों, अज मैं तुहानूं लैके आ गया बहुत ही वधिया इक खेत्र आ। सियाणे कहिंदे आ कि जे खुराक वधिया होवे, खाण पीण वधिया होवे, ते इंसान जिहड़ा तंदुरुस्त ज़्यादा समा रहिंदा। ते दोस्तों, खाण पीण दा अपना जिहड़ा मुढ़ला जिहड़ा बेस आ खुराक दा, उह सब्जी तों शुरू हुंदा। ते सब्जी किवें चंगी पैदा करनी आ और कित्थों मिलनी है सब्जी, उहदे बारे भी सानूं ज्ञान होना चाहीदा। ते दोस्तों, सब्जी की गल करते हैं तो तुहाडे नाल मैं मिलाउणा एक बहुत ही प्यारी नर्सरी आ, जिस नर्सरी का नाँ आ बाबा बुढ़ा नर्सरी। जे तुसी अमृतसर तो आओ तो बाईपास तो सिर्फ 10 किलोमीटर रोड संगतपुरा रोड सोईयां कलां बस स्टैंड, और जे तुसी आओ फतेहगढ़ चूड़ियां तो भी मद्दीपुरा रोड उत्थों भी 10-12 किलोमीटर पिंड सोईयां कलां पैंदा, और जे तुसी आओ कत्थू नंगल वाले पासों उत्थों भी 8-10 किलोमीटर मजीठे नाल पिंड आ सोईयां कलां। जिदा कि बाबा बुढ़ा नर्सरी फार्म तुसी वेख रहे हो, और इस फार्म विच केड़ी केड़ी सब्जी तैयार हुंदी आ और किन्नियां किन्नियां वरायटियां सब्जियां तैयार हुंदियां आ, और कित्थों कित्थों तक लोग इत्थों पनीरी लैण आउंदे आ, यानी कि बहुत सारे जिमीदार वीर जिहड़े आ काश्त करदे आ, सब्जियां दी खेती करदे आ, कि सब्जियां दा धंधा इक बड़ा लाहेवंद धंधा आ। तो लो दोस्तों, आप हुण आ गए हैं बाबा बुढ़ा नर्सरी फार्म हाउस के मालक अपने वीर भुपिंदर गिल दे कोल। गिल साहब, सत श्री अकाल। अच्छा गिल साहब, मैं नर्सरी बारे तो गल्लां करांगा, पर सब तो जिहड़ा मेरा मन खुश होया ना इधरले पास्यो गुरु महाराज के गुरु नानक पातशाह के दर्शन करके और गुरबाणी के शब्द लिखे वेख के मेरा मन बहुत खुश होया। ਅਤੇ ਇਹ ਕਾਰਨ ਮਤਲਬ ਕੀ ਹੈ ਕਿ ਤੁਸੀਂ ਇਧਰਲੇ ਪਾਸੇ ਵੀ ਇੰਨਾ ਧਿਆਨ ਕਿਵੇਂ ਦਿੱਤਾ ਜੀ? ਰੰਧਾਵਾ ਸਾਹਿਬ, ਇਹ ਨਾ ਆਪਾਂ ਤੁਸੀਂ ਦੇਖਿਆ ਹੋਊਗਾ ਆਪਣੇ 10-15 ਸਾਲ ਪਹਿਲਾਂ ਨਾ ਆਪਾਂ ਦਿਵਾਲੀ ਅਤੇ ਦੁਸਹਿਰੇ 'ਤੇ ਆਪਣੇ ਘਰ ਫੋਟੋਆਂ ਆਉਂਦੀਆਂ ਹੁੰਦੀਆਂ ਸੀ, ਜਿਹਦੇ 'ਚ ਗੁਰੂ ਨਾਨਕ ਸਾਹਿਬ ਦੀ ਹਲਵਾਉਂਦਿਆਂ ਦੀ ਫੋਟੋ ਹੁੰਦੀ ਸੀ। ਹਾਂਜੀ ਹਾਂਜੀ। ਅਤੇ ਅੱਜ ਉਹ ਗਾਇਬ ਆ, ਉਹ ਕੁਝ ਸਿਆਸਤ ਦੇ ਵੀ ਭੇਟ ਚੜੀਆਂ ਚੀਜ਼ਾਂ ਏ, ਅਤੇ ਕੁਝ ਸਾਡੀਆਂ ਵੀ ਥੋੜ੍ਹੀਆਂ ਕਮੀਆਂ ਕਿ ਪੇਸ਼ੀਆਂ ਲਾ ਲਾ, ਪਰ ਮੇਰੇ ਮਨ ਦੇ ਵਿੱਚ ਸੀਗਾ ਵੀ ਮੈਂ ਇੱਕ ਬਾਬੇ ਨਾਨਕ ਦੀ ਖੇਤੀ ਕਰਦਿਆਂ ਦੀ ਫੋਟੋ ਬਣਾਉਣੀ ਹੈ। ਅਤੇ ਹੁਣ ਅੱਜ ਜਿਹੜੀ ਬਾਬੇ ਨਾਨਕ ਦੀ ਫੋਟੋ ਆ ਰਹੀ ਨਾ, ਬਾਬੇ ਨਾਨਕ ਦੀ ਫੋਟੋ ਸੈਂਟਰ 'ਚ ਬੈਠੇ, ਇੱਧਰ ਕੇਲੇ ਇੱਧਰ ਸੇਬ, ਉਹ ਫੋਟੋਆਂ ਸਾਨੂੰ ਦਿਖਾਈਆਂ ਜਾ ਰਹੀਆਂ। ਹਾਲਾਂਕਿ ਬਾਬੇ ਨਾਨਕ ਨੇ ਇੱਦਾਂ ਤਾਂ ਮੈਨੂੰ ਲੱਗਦਾ ਵਾ ਜਿੰਨਾ ਮੈਨੂੰ ਸਟੱਡੀ ਕੀਤਾ ਵਾ, ਮੈਨੂੰ ਨਹੀਂ ਲੱਗਦਾ ਬਾਬੇ ਨਾਨਕ ਨੇ ਇੱਦਾਂ ਦਾ ਕੋਈ ਦ੍ਰਿਸ਼ ਵੇਖਿਆ ਹੋਊਗਾ। ਬਾਬੇ ਨਾਨਕ ਨੇ ਸਾਰੀ ਦੁਨੀਆ ਘੁੰਮੀ ਆ, ਪੈਦਲ ਘੁੰਮੀ ਆ, ਅਤੇ ਖੇਤੀ ਕੀਤੀ ਆ, ਦੁਕਾਨ ਕੀਤੀ ਆ, ਸਾਰੇ ਕੰਮ ਜਿਹੜੇ ਆਮ ਕਿਸਾਨ ਕਰਦਾ ਉਹ ਕੰਮ ਕੀਤੇ ਆ। ਅਤੇ ਹਾਲਾਂਕਿ ਸਾਨੂੰ ਵਿਖਾਇਆ ਹੁਣ ਕੁਛ ਹੋਰ ਜਾ ਰਿਹਾ, ਅਤੇ ਜਿੱਥੋਂ ਤੱਕ ਮੂਲ ਮੰਤਰ ਦਾ ਮੂਲ ਮੰਤਰ ਦੀ ਬਾਣੀ ਦਾ ਪਾਠ ਆ, ਮੈਨੂੰ ਨਹੀਂ ਲੱਗਦਾ ਵੀ ਇਹ ਤੋਂ ਵੱਡਾ ਕੋਈ ਦੁਨੀਆ 'ਤੇ ਕੋਈ ਮੰਤਰ ਹੈਗਾ। ਸਭ ਨੂੰ ਵੱਡਾ ਮੰਤਰ ਮੇਰੇ ਮਨ 'ਚ ਅਤੇ ਦੁਨੀਆ ਮੰਨਦੀ ਹੈ ਚੀਜ਼ ਨੂੰ, ਅਤੇ ਮੈਂ ਇਹ ਤਾਂ ਲਾਇਆ। ਬਹੁਤ ਵਧੀਆ ਗੱਲ ਆ ਕਿ ਸਾਡੇ ਧਾਰਮਿਕ ਗ੍ਰੰਥਾਂ ਦੇ ਵਿੱਚ ਵੀ ਸਾਡੇ ਪੀਰਾਂ ਪੈਗੰਬਰਾਂ ਗੁਰੂ ਮਹਾਰਾਜ ਸਾਰਿਆਂ ਨੇ ਸਾਨੂੰ ਇਹੀ ਸੁਨੇਹਾ ਦਿੱਤਾ, ਇਹੀ ਮੈਸੇਜ ਦਿੱਤਾ, ਗੁਰਬਾਣੀ ਦੇ ਵਿੱਚ ਵੀ ਦਿੱਤਾ ਵੀ ਕਿਰਤ ਕਰੋ ਤਾਂ ਵੰਡ ਕੇ ਛਕੋ। ਅਤੇ ਇਹ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਜਦੋਂ ਸਵੇਰੇ ਆਪਣੇ ਫਾਰਮ ਹਾਊਸ 'ਤੇ ਆਉਂਦੇ ਹੋ ਅਤੇ ਨਤਮਸਤਕ ਹੁੰਦੇ ਹੋ, ਦਰਸ਼ਨ ਕਰਦੇ ਹੋ। ਅਤੇ ਗਿੱਲ ਸਾਹਿਬ, ਮਤਲਬ ਬਾਬਾ ਬੁੱਢਾ ਨਰਸਰੀ ਫਾਰਮ ਹਾਊਸ ਨੂੰ ਕਿੰਨਾ ਟਾਈਮ ਹੋ ਗਿਆ ਆ ਇੱਥੇ ਸਟੈਬਲਿਸ਼ ਕੀਤੇ ਨੂੰ, ਖੜ੍ਹਾ ਕੀਤੇ ਨੂੰ ਤੁਸੀਂ ਤੁਹਾਡੇ ਵੱਲੋਂ? ਜੇ ਤਾਂ ਇਸ ਕਾਰੋਬਾਰ ਦੀ ਨਰਸਰੀ ਦੇ ਕਹਿ ਲਓ, ਫਿਰ ਤਾਂ ਮੈਨੂੰ 21-22 ਸਾਲ ਹੋ ਗਏ ਆ ਇਸ ਲਾਈਨ ਦੇ ਨਾਲ ਜੁੜੇ ਹੋਇਆ। ਇਹ 21-22 ਸਾਲਾਂ 'ਚੋਂ ਆਪਾਂ 6-7 ਸਾਲ ਆਪਾਂ ਕੱਢ ਦਿੰਦੇ ਹਾਂ ਜਦੋਂ ਦਾ ਮੈਂ ਨਰਸਰੀ ਦਾ ਫਾਰਮ ਸਟਾਰਟ ਕੀਤਾ। ਬਾਕੀ ਦੇ ਜਿਹੜੇ ਸਾਲ ਹੈ ਮੈਂ ਉਹਦੇ 'ਚ ਜੋਬ ਕੀਤੀ ਹੈ, ਪ੍ਰਾਈਵੇਟ ਜੋਬ ਕਰਦਾ ਸੀ। ਪ੍ਰਾਈਵੇਟ ਜੋਬ ਦੇ ਵਿੱਚ ਮੈਂ ਸੀਟ ਲਾਈਨ ਦੇ ਵਿੱਚ ਸੀਗਾ, ਤਾਂ ਉਹਦੇ 'ਚ ਮੈਂ ਪੂਰਾ ਪੰਜਾਬ ਅਤੇ ਮੈਂ ਜੰਮੂ ਦੇਖਦਾ ਸੀ ਨਾਲ।
ਵਾਹ ਜੀ ਵਾਹ। ਹਾਂ ਉਹਦੇ ਤੋਂ ਬਾਅਦ 'ਚ ਇੱਕ ਮਨ ਦੇ ਵਿੱਚ ਆਪਣੇ ਇੱਕ ਚੀਜ਼ ਜ਼ਰੂਰ ਹਮੇਸ਼ਾ ਚੱਲਦੀ ਰਹਿੰਦੀ ਸੀ ਵੀ ਕੁਛ ਆਪਣਾ ਬਿਜ਼ਨਸ ਕਰਨਾ, ਕੁਛ ਆਪਣਾ ਬਿਜ਼ਨਸ ਕਰਨਾ। ਫਿਰ ਮੈਨੂੰ ਕਰਦਿਆਂ ਕਰਦਿਆਂ ਥੋੜ੍ਹਾ ਥੋੜ੍ਹਾ ਮੇਰਾ ਇਹ ਚੀਜ਼ ਵੱਲ ਰੁਝਾਨ ਬਣਿਆ। ਤਾਂ ਫਿਰ 2014 ਤੋਂ ਮੈਂ ਇਹ ਸਟਾਰਟ ਕਰ ਲਿਆ ਜੋਬ ਦੇ ਦੌਰਾਨ ਹੀ। 2 ਸਾਲ ਮੈਂ ਜੋਬ ਦੇ ਦੌਰਾਨ ਥੋੜ੍ਹਾ ਥੋੜ੍ਹਾ ਕਰਦਾ ਰਿਹਾ ਅਤੇ ਫਿਰ 2016 ਦਸੰਬਰ 31 ਦਸੰਬਰ ਨੂੰ ਮੈਂ ਇਸ ਕੰਪਨੀ ਤੋਂ ਰਿਜ਼ਾਈਨ ਕਰਕੇ ਅਤੇ ਫੁੱਲ ਟਾਈਮ ਮੈਂ ਫਿਰ ਇਹ ਆਪਣਾ ਨਰਸਰੀ ਵਾਲੀ ਲਾਈਨ ਦੇ ਵਿੱਚ ਆਇਆ ਅਤੇ ਅੱਜ ਦੀ ਪਰਮਾਤਮਾ ਦੀ ਕਿਰਪਾ ਨਾਲ ਤੁਹਾਡੇ ਸਾਹਮਣੇ। ਅਤੇ ਦੋਸਤੋ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਅਸੀਂ ਦੋਵੇਂ ਵੀਰ ਕਲਾਸਮੇਟ ਵੀ ਹਾਂ, ਸਾਡਾ ਪਿੰਡ ਵੀ ਇੱਕੋ ਆ, ਔਰ ਜਦੋਂ ਅਸੀਂ ਕੋਈ ਫਿਲਮਾਂ ਵੀ ਬਣਾਉਂਦੇ ਹਾਂ, ਸ਼ੋਰਟ ਫਿਲਮਾਂ ਬਣਾਉਂਦੇ ਹਾਂ, ਉਦੋਂ ਵੀ ਗਿੱਲ ਸਾਹਿਬ ਹੁਣਾਂ ਵੱਲੋਂ ਸਾਨੂੰ ਬਹੁਤ ਸਾਰਾ ਸਾਥ ਮਿਲਦਾ ਆ, ਪਰਿਵਾਰ ਵੱਲੋਂ ਵੀ ਅਤੇ ਆਪਣੇ ਭਰਾ ਵੱਲੋਂ ਵੀ। ਇਹ ਤਾਂ ਦੱਸਣਾ ਜ਼ਰੂਰੀ ਆ ਕਿ ਕਿਤੇ ਸਾਨੂੰ ਇਹ ਨਾ ਸਮਝ ਲਏ ਵੀ ਅਲੱਗ ਅਲੱਗ ਕੌਣ ਕਿੱਥੋਂ ਆਇਆ ਅਤੇ ਕੌਣ ਕਿਵੇਂ ਆ। ਅਤੇ ਸਾਡਾ ਇਹ ਮੇਨ ਮਕਸਦ ਵੀ ਇਹੀ ਹੁੰਦਾ ਆ ਦੋਵਾਂ ਵੀਰਾਂ ਵੱਲੋਂ ਹੁੰਦਾ ਵੀ ਇੱਕ ਦੂਸਰੇ ਨੂੰ ਜਿਹੜਾ ਹੈਗਾ ਆ ਉਹਦਾ ਸਾਥ ਦਿੱਤਾ ਜਾਵੇ, ਉਹ ਹਰ ਬੰਦਾ ਜਿਹੜਾ ਆਪਣੀ ਜ਼ਿੰਦਗੀ 'ਚ ਕੋਈ ਤਰੱਕੀ ਕਰ ਸਕੇ। ਅਤੇ ਹੁਣ ਦੋਸਤੋ ਤੁਹਾਨੂੰ ਆਪਾਂ ਲੈ ਕੇ ਚੱਲਦੇ ਹਾਂ ਭੁਪਿੰਦਰ ਗਿੱਲ ਸਾਹਿਬ ਹੋਣਾ ਦੇ ਨਰਸਰੀ ਦੇ ਜਿਹੜੇ ਪਲਾਂਟ ਉਹਨਾਂ ਸੈਟਿੰਗ ਕੀਤੀ ਪਈ ਆ ਸਬਜ਼ੀ ਦੀ, ਉਹ ਤੁਹਾਨੂੰ ਵਿਖਾਉਂਦੇ ਹਾਂ। ਆਓ ਜੀ ਗਿੱਲ ਸਾਹਿਬ। ਅੱਜ ਗਿੱਲ ਸਾਹਿਬ ਮਤਲਬ ਜਿਹੜੀ ਆ ਪਲਾਟਿੰਗ ਜਿਹੜੀ ਹੋਈ ਪਈ ਆ ਇਹ ਮਤਲਬ ਕਿਹੜੀ ਕਿਹੜੀ ਜਿਹੜੀ ਚੀਜ਼ ਜਿਹੜੀ ਵਰਾਇਟੀ ਜਿਹੜੀ ਤੁਸੀਂ ਤਿਆਰ ਕਰ ਲਈ? ਇਹਦੇ 'ਚ ਤਾਂ ਬਸ ਮੇਨ ਸਾਡੇ ਕੋਲ ਇਸ ਟਾਈਮ ਜਾ ਰਿਹਾ ਪਿਆਜ਼, ਹਾਈਬ੍ਰਿਡ ਪਿਆਜ਼ ਦੇ ਰਹੇ। ਓਕੇ ਜੀ, ਠੀਕ ਹੈ। ਇਸ ਤੋਂ ਇਲਾਵਾ ਸਾਡੇ ਕੋਲ ਫੁੱਲ ਗੋਭੀ ਦੀ ਨਰਸਰੀ ਜਾ ਰਹੀ ਹੁਣ ਇਸ ਟਾਈਮ। ਅੱਛਾ ਜੀ, ਬੰਦ ਗੋਭੀ ਜਾ ਰਹੀ ਹੈ, ਠੀਕ ਹੈ ਜੀ। ਜਿਹੜੀ ਅੱਜ ਥੋੜ੍ਹੇ ਜਿਹੇ ਕੋਰੇ ਵਾਲੇ ਦੇਣੇ ਆ, ਥੋੜ੍ਹੀ ਠੰਡ ਜ਼ਿਆਦਾ ਹੁੰਦੀ ਆ, ਇਹਦੇ 'ਚ ਜ਼ਿਆਦਾ ਤਾਂ ਨਹੀਂ ਚੀਜ਼ ਵਰਾਇਟੀਆਂ ਸਾਈਡ ਦੇ ਪਾਉਂਦੇ, ਪਰ ਦੋ ਤਿੰਨ ਚੀਜ਼ਾਂ ਹੈਗੀਆਂ ਜਿਹੜੀਆਂ ਪਿਆਜ਼, ਕੋਲੀਫਲਾਵਰ, ਕੈਬੇਜ, ਜਿੱਦਾਂ ਫੁੱਲ ਗੋਭੀ, ਬੰਦ ਗੋਭੀ। ਓਕੇ ਜੀ, ਪਿਆਜ਼। ਅਤੇ ਉਸ ਤੋਂ ਬਾਅਦ 'ਚ ਜ਼ਿਆਦਾ ਮੇਨਲੀ ਸੀਜ਼ਨ ਸਾਡਾ ਸਟਾਰਟ ਹੁੰਦਾ ਵਾ 20 ਜਨਵਰੀ ਤੋਂ ਲੈ ਕੇ 25 ਜਨਵਰੀ ਦੇ ਵਿੱਚ ਸਟਾਰਟ ਹੋ ਜਾਂਦਾ ਥੋੜ੍ਹਾ ਥੋੜ੍ਹਾ, ਹੈ ਨਾ। ਅੱਛਾ, 20 ਜਨਵਰੀ ਤੋਂ ਜਾਂ 25-26 ਜਨਵਰੀ ਤੱਕ, ਹੈ ਨਾ। ਜਾਂ ਦੇਸੀ ਜੀ ਇੱਕ ਗੱਲ ਹੋਰ ਕਰ ਲਈਏ, 20-25 ਤੋਂ ਵੀ ਛੱਡੋ, ਜਦੋਂ ਠੰਡ ਘਟਣੀ ਸਟਾਰਟ ਹੋ ਗਈ ਨਾ, ਮੰਨ ਗਿਆ ਕੋਰਾ ਕਰਾ ਘਟ ਗਿਆ, ਹਾਂਜੀ, ਉਹ 20 ਨੂੰ ਹੋ ਰਹੇ, ਉਹ 25 ਨੂੰ ਹੋ ਜਾਏ, ਉਦੋਂ ਸਟਾਰਟ ਅਸੀਂ ਕਰ ਦਿੰਦੇ। ਠੀਕ ਹੈ, ਠੀਕ ਜੀ। ਫਿਰ ਉਹਦੇ ਤੋਂ ਬਾਅਦ 'ਚ ਅਸੀਂ ਵੇਲ ਤਿਆਰ ਕਰਦੇ ਹਾਂ। ਅੱਛਾ ਜੀ, ਠੀਕ ਹੈ, ਵੇਲ ਤਿਆਰ ਕਰਦੇ ਹਾਂ, ਕਰੇਲਾ ਹੋ ਗਿਆ, ਕੱਦੂ ਹੋ ਗਿਆ, ਤਾਰ, ਖੀਰਾ, ਜੋ ਵੀ। ਅੱਛਾ, ਵੇਲ ਦਾ ਮਤਲਬ ਵੀ ਵੇਲ ਦੀ ਵੈਰਾਈਟੀ ਵਿੱਚ ਆਹ ਚੀਜ਼ਾਂ ਹੁੰਦੀਆਂ, ਹੈ ਨਾ, ਵੇਲਾਂ ਦੀ ਸਬਜ਼ੀ, ਕਰੇਲਾ ਆ ਗਿਆ, ਹੈ ਨਾ, ਕੱਦੂ ਆ ਗਿਆ, ਖੀਰਾ, ਜਿਹੜੇ ਵੀ ਵੇਲ ਵਾਲੇ ਵੈਜੀਟੇਬਲਸ ਹਨ, ਠੀਕ ਉਹ ਸਾਰੀਆਂ ਵੇਲਾਂ ਹੀ ਤਿਆਰ ਕਰਦੇ ਹਾਂ। ਅੱਛਾ, ਉਹਦੇ 'ਚ ਖਰਬੂਜਾ ਵੀ ਆ, ਤਰਬੂਜ ਵੀ ਆ, ਲੌਕੀ ਆ, ਖੀਰ, ਜੋ ਵੀ ਹੈਗਾ। ਅਤੇ ਉਹਦੇ ਤੋਂ ਇਲਾਵਾ ਫਿਰ ਅਸੀਂ ਉਹਦੇ 'ਚ ਨਰਸਰੀ ਦੇ ਵਿੱਚ ਦਿੰਦੇ ਹਾਂ ਆਪਣਾ, ਉਸ ਟਾਈਮ 'ਤੇ ਫੁੱਲ ਗੋਭੀ ਵੀ ਦੇਈ ਦੀ ਆ, ਮੇਨ ਉਦੋਂ ਹੁੰਦੀ ਆ ਕੌੜੀ ਮਿਰਚ, ਸ਼ਿਮਲਾ ਮਿਰਚ, ਬੈਂਗਣ ਹੁੰਦੇ ਆ 2-3 ਤਰ੍ਹਾਂ ਦੇ, ਜਿਹੜਾ ਵੀ ਕੋਈ ਮੰਗਦਾ, ਜਿਹੜਾ ਕੋਈ ਪਸੰਦ ਕਰਦਾ। ਉਹ ਫਿਰ ਵੈਰਾਇਟੀ ਕਦੋਂ ਦੇਣੀ ਸ਼ੁਰੂ ਕਰਦੇ ਤੁਸੀਂ? ਉਹ 20 ਜਨਵਰੀ ਤੋਂ ਬਾਅਦ ਜਦੋਂ, ਅੱਛਾ, ਯਾਨੀ ਕਿ ਵੀ ਜਿਹੜੀ ਆ ਪ੍ਰੋਸੈਸਿੰਗ ਜਿੰਨੀ ਵੀ ਪਲਾਟਿੰਗ ਹੋਈ ਪਈ ਆ, ਹਾਂ, ਇਹ ਸਾਰੀ ਯਾਨੀ ਕਿ 20-25 ਜਨਵਰੀ ਤੋਂ ਸ਼ੁਰੂਆਤ ਹੋ ਜਾਣੀ ਆ, ਸ਼ੁਰੂ ਹੋ ਜਾਂਦੀ ਆ। 20-25 ਜਨਵਰੀ ਦਾ ਵੀ ਫੰਡਾ ਨਹੀਂ ਹੋਏਗਾ, ਗੱਲ ਇਹ ਵੀ ਆਪਣੀ ਠੰਡ ਘਟੀ ਤੋਂ ਸ਼ੁਰੂ ਕਰਨਾ ਜੀ, ਠੀਕ ਠੀਕ, ਕੋਰਾ ਕਰਾ ਬੰਦ ਹੋ ਗਿਆ। ਅੱਛਾ, ਅਤੇ ਮੇਨ ਉਦੋਂ ਫਿਰ ਸਾਡਾ ਟਮਾਟਰ ਜਾਂਦਾ। ਅੱਛਾ ਜੀ, ਟਮਾਟਰ ਦੀ ਨਰਸਰੀ, ਠੀਕ ਹੈ ਜੀ। ਉਹ ਫਿਰ ਸਾਡੀ ਕਾਫੀ ਅੱਛੀ ਡਿਮਾਂਡ ਹੁੰਦੀ ਸਾਡੇ ਕੋਲ, ਅਤੇ ਉਹ ਅਸੀਂ ਦਿੰਦੇ ਹਾਂ, ਠੀਕ ਹੈ ਜੀ। ਅਤੇ ਇਸ ਤੋਂ ਇਲਾਵਾ ਥੋੜ੍ਹਾ ਚੱਲਦਾ ਰਹਿੰਦਾ ਵਾ, ਫਿਰ ਤੁਹਾਡਾ ਜਨਵਰੀ, ਫਰਵਰੀ, ਇਹ ਮਾਰਚ, ਅਪ੍ਰੈਲ ਤੱਕ ਥੋੜ੍ਹਾ ਚੱਲ ਜਾਂਦਾ, ਫਿਰ ਮਈ ਤੋਂ ਬਾਅਦ 'ਚ ਥੋੜ੍ਹਾ ਘੱਟਦਾ। ਅਤੇ ਗਿੱਲ ਸਾਹਿਬ, ਜਿੱਦਾਂ ਹੁਣ ਸਾਰਾ ਬਿਆੜਾ ਤਿਆਰ ਹੋਇਆ ਪਿਆ, ਪੰਜਾਬੀ 'ਚ ਅਸੀਂ ਤਾਂ ਬਿਆੜਾ ਕਹਿ ਦਾਂਗੇ, ਹੈ ਨਾ, ਸਾਡੀ ਭਾਸ਼ਾ ਵਿੱਚ ਹੋਰ ਵੀ ਤੁਸੀਂ ਕਹਿ ਸਕਦੇ, ਹੈ ਨਾ। ਅਤੇ ਯਾਨੀ ਕਿ ਵੀ ਇਹ ਜਿਹੜੀ ਆ ਜਿੱਦਾਂ ਗੋਭੀ ਦੀ ਜਿਹੜੀ, ਹੈ ਨਾ, ਭਰਮਾਰ ਹੁੰਦੀ ਹੈ ਗੋਭੀ ਦੀ, ਪਨੀਰੀ ਦੀ, ਅਤੇ ਇਹ ਵਾਲੀ ਜਿਹੜੀ ਹੈਗੀ ਆ ਵੀ ਕਿੰਨੇ ਕੁ ਏਕੜ ਦਾ ਜਿਹੜਾ ਤੁਸੀਂ ਪਨੀਰ ਜਿਹੜੀ ਤਿਆਰ ਕਰ ਲਈ ਹੈ, ਯਾਨੀ ਕਿ ਤੁਸੀਂ ਜਿਹੜੀ ਦੇਣੀ ਆ ਫਾਰਮਰਾਂ ਨੂੰ? ਨਹੀਂ, ਉਹ ਇੱਦਾਂ ਨਹੀਂ ਕੁਛ ਹੁੰਦਾ, ਉਹਦੇ 'ਚ ਇਹ ਵੀ ਆਪਣਾ ਸੀਜ਼ਨ ਵਾਈਜ਼ ਹੁੰਦਾ ਵਾ। ਅੱਛਾ ਜੀ, ਜਿਸ ਤਰ੍ਹਾਂ ਹੁਣ ਸੀਜ਼ਨ ਗੋਭੀ ਤਾਂ ਹੁਣ ਅਗਾਂਹ ਅਗਾਂਹ ਥੋੜ੍ਹਾ ਥੋੜ੍ਹਾ ਘੱਟਦਾ ਜਾਣਾ। ਅੱਛਾ, ਘੱਟਦਾ ਜਾਣਾ, ਮੇਨ ਸੀਜ਼ਨ ਨਿਕਲ ਗਿਆ ਵਾ, ਹੁਣ ਥੋੜ੍ਹਾ 1-1.5-2 ਮਹੀਨੇ ਚੱਲਣਾ, ਡੇਢ ਮਹੀਨਾ ਚੱਲਣੀ ਆ ਹੋਰ ਜਿਹੜੀ ਫੁੱਲ ਗੋਭੀ ਦੀ, ਠੀਕ ਹੈ। ਅਤੇ ਉਹ ਕੁਝ ਜ਼ਿਆਦਾ ਨਹੀਂ ਨਾ ਦਿਨਾਂ 'ਚ ਲੱਗਦੇ,
ਕਿਉਂਕਿ ਗਰਮੀ 'ਚ ਆ ਜਾਂਦੀ ਹੈ, ਗਰਮੀ ਦੇ ਵਿੱਚ ਜੇ ਪ੍ਰੋਫੈਸ਼ਨਲ ਫਾਰਮਰ ਆ ਉਹੀ ਲਾਉਂਦੇ ਆ, ਆਮ ਕਿਸਾਨ ਨਹੀਂ ਤਿਆਰ ਕਰਦਾ। ਕਾਫੀ ਕੋਸਟਲੀ ਵਰਾਇਟੀਆਂ ਹੁੰਦੀਆਂ ਜਿਹੜੀਆਂ ਹੋਣ ਲੱਗਦੀਆਂ, ਉਹ 60-70 ਹਜ਼ਾਰ ਰੁਪਏ ਕਿਲੋ ਦਾ ਪਰ ਕਿਲੋ ਸੀਡ ਆਉਂਦਾ ਉਹਦਾ, ਅਤੇ ਹਰ ਫਾਰਮਰ ਉਹਨੂੰ ਘੱਟ ਤਿਆਰ ਕਰਦਾ ਅਤੇ ਅੱਛੇ ਰੇਟ ਮਿਲ ਜਾਂਦੇ ਇਹਨਾਂ ਦਿਨਾਂ ਦੇ ਬਾਅਦ 'ਚ। ਬਾਕੀ ਰੇਟ ਦਾ ਤਾਂ ਕੁਛ ਕਹਿਣ ਜਾਂਦਾ, ਉਹ ਤਾਂ ਹੁੰਦਾ ਮਾਰਕੀਟ 'ਤੇ ਡਿਪੈਂਡ ਕਰਦਾ, ਨਹੀਂ ਦੱਸਿਆ ਜਾ ਸਕਦਾ, ਨਹੀਂ ਉਹ ਰੇਟ ਦੱਸਿਆ, ਰੇਟ ਨਹੀਂ ਦੱਸਿਆ ਜਾ ਸਕਦਾ, ਪਰ ਇਹ ਹੈ ਵੀ ਉਹ ਤਿਆਰ ਵਧੀਆ ਹੋ ਜਾਂਦੀਆਂ ਜਿਹੜੀਆਂ ਦਿੰਦੇ ਨਰਸਰੀ ਜਿਹੜੇ ਦਿੰਦੇ ਨਾ, ਉਹਦੀ ਆਪਣਾ ਜਿਹੜੀ ਫੁੱਲ ਬਣਦੇ ਬਹੁਤ ਅੱਛੇ ਬਣਦੇ, ਵਾਈਟ ਕਲਰ ਦਿੰਦੇ ਆ ਅਤੇ ਦਿੱਕਤ ਕੋਈ ਨਹੀਂ ਹੁੰਦੀ ਗਰਮੀ ਦੇ ਵਿੱਚ। ਅਤੇ ਗਿੱਲ ਸਾਹਿਬ, ਜਿਸ ਤਰ੍ਹਾਂ ਮੰਨ ਲਓ ਕਿ ਅੰਮ੍ਰਿਤਸਰ ਤੋਂ ਆਪਣਾ 10 ਕਿਲੋਮੀਟਰ ਹਟਣਾ ਪੈਣਾ ਹੈ ਨਾ, ਅਤੇ 10 ਮਿੰਟ ਦਾ ਰਸਤਾ, ਹਾਂਜੀ, ਅਤੇ 10 ਮਿੰਟ ਦਾ ਰਸਤਾ ਫਤਿਹਗੜ੍ਹ ਚੂੜੀਆਂ ਤੋਂ ਆ, 10 ਕਿਲੋਮੀਟਰ ਦਾ ਰਸਤਾ ਕੱਥੂ ਨੰਗਲ ਤੋਂ ਆ, ਔਰ ਮਤਲਬ ਕਿਸਾਨ ਜਿਹੜੇ ਆ ਕਿੱਥੋਂ ਕਿੱਥੋਂ ਤੱਕ ਆਉਂਦੇ ਆ ਤੁਹਾਡੇ ਕੋਲ ਪਨੀਰੀ ਦੇ ਸੰਬੰਧ 'ਚ ਸਬਜ਼ੀ? ਕਿਸਾਨ ਤਾਂ ਮੈਂ ਜਿੱਦਾਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਵਾ ਵੀ ਮੈਂ ਪੂਰੇ ਪੰਜਾਬ 'ਚੋਂ ਕੰਮ ਕੀਤਾ, ਜੰਮੂ 'ਚ ਵੀ ਕੰਮ ਕੀਤਾ, ਅਤੇ ਮੇਰੇ ਹਰ ਥਾਂ ਰਿਲੇਸ਼ਨ ਸੀ। ਮੈਨੂੰ ਮਾਰਕੀਟਿੰਗ ਦੀ ਦਿੱਕਤ ਆਈ ਪਰ ਬਹੁਤ ਜ਼ਿਆਦਾ ਨਹੀਂ ਆਈ, ਹੈ ਨਾ, ਉਹਦੇ 'ਚ ਮੇਰੇ ਫਾਰਮਰ ਲਿੰਕਸ ਪਹਿਲਾਂ ਬਹੁਤ ਜ਼ਿਆਦਾ ਲਿੰਕ ਹੈਗੇ ਸੀਗੇ, ਅਤੇ ਉਹਨਾਂ ਕਰਕੇ ਮੇਰੇ ਕੋਲ ਦੂਰ ਦੂਰੋਂ ਫਾਰਮਰ ਆਉਂਦੇ ਆ, ਜਾਂ ਤਾਂ ਮੈਂ ਆਪ ਵੀ ਭੇਜ ਦਿੰਦਾ, ਜਿਸ ਤਰ੍ਹਾਂ ਵੀ ਕੋਈ ਆਟੋ 'ਤੇ ਜਾਂ ਬੱਸ 'ਤੇ ਜਾਂ ਕਿਸ ਤਰ੍ਹਾਂ, ਜਿਸ ਤਰ੍ਹਾਂ ਸੈਟਿੰਗ ਹੋਵੇ ਮੈਂ ਆਪ ਵੀ ਭੇਜ ਦਿੰਦਾ। ਠੀਕ ਹੈ, ਅਤੇ ਉਹਦੇ 'ਚ ਕੋਈ ਮੈਨੂੰ ਜ਼ਿਆਦਾ ਉਹ ਚੀਜ਼ ਦੀ ਜ਼ਿਆਦਾ ਪ੍ਰੋਬਲਮ ਨਹੀਂ ਆਈ, ਮੇਰੇ ਕੋਲ ਦੂਰੋਂ ਦੂਰੋਂ ਫਾਰਮਰ ਆ ਜਾਂਦੇ, ਦੂਰੋਂ ਦੂਰੋਂ ਫਾਰਮਰ ਆ ਜਾਂਦੇ। ਹਾਂਜੀ, ਅਤੇ ਆਪਣਾ ਜਿਸ ਤਰ੍ਹਾਂ ਹੁਣ ਬੇਰੁਜ਼ਗਾਰੀ ਵੀ ਹੈਗੀ ਆ, ਹਾਂਜੀ, ਪੰਜਾਬ ਦੇ ਵਿੱਚ, ਹੈ ਨਾ, ਬਹੁਤ ਸੋਹਣੇ ਬੀਬੇ ਮੁੰਡੇ ਆ, ਮਿਹਨਤੀ ਲੜਕੇ ਜਿਹੜੇ ਨੌਜਵਾਨ ਪੜ੍ਹੇ ਲਿਖੇ ਆ, ਔਰ ਕਈ ਜਿਹੜੇ ਆ ਜ਼ਿਮੀਦਾਰ 'ਚ ਮੱਧ ਵਰਗੀ ਕਿਸਾਨ ਵੀ ਹੈਗੇ ਆ, ਮੱਧ ਵਰਗੀ ਕਿਸਾਨ ਜਿਹੜੇ ਹੁੰਦੇ ਆ 1.5-2 ਕਿੱਲੇ ਵਾਲੇ, 3 ਕਿੱਲੇ ਵਾਲੇ, ਕਿ ਉਹ ਕਣਕ ਝੋਨੇ ਵਾਲੇ ਪਾਸੇ ਇੰਨਾ ਜ਼ਿਆਦਾ ਉਹ ਆਪਣਾ ਜਿਹੜੀ ਇਨਕਮ ਨਹੀਂ, ਰੋਜ਼ੀ ਰੋਟੀ ਨਹੀਂ ਕਰ ਸਕਦੇ, ਹੈ ਨਾ, ਔਰ ਉਹ ਨੌਜਵਾਨ ਜਿਹੜੇ ਆ ਜੇ ਸਬਜ਼ੀ ਵਾਲੇ ਪਾਸੇ ਆਉਣ, ਸਬਜ਼ੀਆਂ ਬੀਜਣ, ਹੈ ਨਾ, ਆਪਣੀਆਂ ਕਿਸਾਨਾਂ ਨੂੰ ਆਪਣੀ ਸਬਜ਼ੀ ਆਪ ਹੀ ਵੇਚਣੀ ਚਾਹੀਦੀ, ਮਾਰਕੀਟਿੰਗ ਆਪ ਹੀ ਕਰਨੀ ਚਾਹੀਦੀ ਆ, ਔਰ ਉਹਨਾਂ ਨੌਜਵਾਨਾਂ ਵੱਲੋਂ ਉਹਨਾਂ ਨੂੰ ਤੁਹਾਡੇ ਵੱਲੋਂ ਮਤਲਬ ਕੀ ਸੁਨੇਹਾ ਜਿਹੜਾ ਆ ਵੀ ਉਹ? ਨਹੀਂ, ਅੱਛਾ ਅਰਦਾਸਾ, ਅੱਛਾ ਸਕੋਪ ਹੈ ਅੱਗੇ ਜਾ ਕੇ ਇਸ ਦਾ ਇੰਡਸਟਰੀ ਦੇ ਵਿੱਚ ਵੀ ਅੱਛਾ ਵਾ, ਪਰ ਇਹ ਆ ਵੀ ਸਾਨੂੰ ਥੋੜ੍ਹਾ ਨਾ ਟੈਕਨੀਕਲ ਹੋਣਾ ਪੈਣਾ, ਥੋੜ੍ਹੀ ਸਮਝ ਕੇ ਖੇਤੀ ਕਰਨੀ ਪੈਣੀ ਆ। ਜੇ ਆਪਾਂ ਕਣਕ ਝੋਨੇ ਦੀ ਗੱਲ ਕਰ ਲਈਏ ਤਾਂ ਉਹ ਸਾਨੂੰ ਰੇਟ ਉਹ ਤੈਅ ਕਰਦੇ ਆ। ਹੁਣ ਆਪਣੇ ਵੱਡੇ ਸ਼ਹਿਰਾਂ ਦੇ ਲਾਗੇ ਆਪਾਂ ਰਹਿੰਦੇ ਹਾਂ, ਸਾਡੇ 'ਚ ਹੁਣ ਨਵੀਆਂ ਚੀਜ਼ਾਂ ਬਹੁਤ ਜ਼ਿਆਦੀਆਂ, ਜਿਸ ਤਰ੍ਹਾਂ ਹੁਣ ਪਿਛਲੇ 2-4 ਸਾਲ ਦੇ ਵਿੱਚੋਂ ਉਹਦਾ ਜਿਹੜੀ ਬਰੋਕਲੀ ਦਾ ਬੜਾ ਟ੍ਰੈਂਡ ਚੱਲ ਰਿਹਾ, ਉਹ ਤਾਂ ਅੱਛੇ ਫਾਰਮਰ ਪੈਸੇ ਵੀ ਕਮਾ ਰਿਹਾ, ਅੱਛੀ ਉਹਨਾਂ ਦਾ ਉੱਥੇ ਲੋਕ ਚੰਗੇ ਲੋਕ ਜਿਹੜੇ ਉਹਨੂੰ ਬਹੁਤ ਖੁਸ਼ ਹੋ ਕੇ ਉਹਨੂੰ ਖਾ ਰਹੇ, ਹੈ ਨਾ, ਅਤੇ ਉਹਦੇ 'ਚ ਗੁਣਕਾਰੀ ਬੜੀ ਆ। ਉਹਦੇ ਇਸੇ ਤਰ੍ਹਾਂ ਸਾਡੇ ਕੋਲ ਜੈਲੋ ਕੈਪਸੀਕਮ ਹੁੰਦੀ ਆ, ਰੈੱਡ ਕੈਪਸੀਕਮ ਹੁੰਦੀ ਆ ਜਿਹੜੀ ਅਸੀਂ ਦਿੰਦੇ ਹਾਂ, ਇਹ ਇਹਨਾਂ ਚੀਜ਼ਾਂ 'ਤੇ ਜੇ ਨੌਜਵਾਨ ਇਹਨਾਂ ਚੀਜ਼ਾਂ ਨੂੰ ਥੋੜ੍ਹਾ ਸਮਝ ਕੇ ਕਰੂ ਤਾਂ ਕਰ ਸਕਦਾ ਵਾ। ਸਾਡੇ ਕੋਲ ਵੱਡੇ ਸ਼ਹਿਰ ਆ ਲਾਗੇ, ਜਿਸ ਤਰ੍ਹਾਂ ਮੈਂ ਆਪਣੀ ਗੱਲ ਇਸ ਤਰ੍ਹਾਂ ਕਰਦਾ, ਜੇ ਨਹੀਂ ਵੱਡੇ ਸ਼ਹਿਰ ਹੈਗੇ ਤਾਂ ਤੁਸੀਂ ਪਹੁੰਚਾ ਸਕਦੇ ਹੋ ਕਿਤੇ, ਐਸੀ ਗੱਲ ਨਹੀਂ ਹੈਗੀ, ਬਿਲਕੁਲ ਬਹੁਤ ਵੱਡਾ ਨੈਟਵਰਕ ਆ, ਜੇ ਦੁਨੀਆ ਇੱਕ ਮੁੱਠ ਹੋਈ ਪਈ ਆ ਅਤੇ ਤੁਸੀਂ ਕਿਤੇ ਵੀ ਕਿਸੇ ਚੀਜ਼ ਨੂੰ ਆਪਣਾ ਪਹੁੰਚਾ ਸਕਦੇ ਹੋ, ਅਤੇ ਥੋੜ੍ਹੇ ਜਿਹੇ ਟੈਕਨੀਕਲ ਹੋਣਾ ਪੈਣਾ ਥੋੜ੍ਹਾ ਜਿਹਾ। ਹਾਂ, ਹਾਲਾਂਕਿ ਜੇ ਮੰਡੀ ਜਾਂਦੇ ਹਾਂ ਉਹ ਆਪਾਂ ਕਰਦੇ ਹਾਂ 2 ਕਿੱਲੇ ਗੋਭੀ ਲਾ ਲਈ ਜਾਂ 4 ਕਿੱਲੇ ਲਾ ਲਈ, ਚੱਲ ਠੀਕ ਹੈ, ਉਹ ਵੀ ਇੱਕ ਠੀਕ ਹੈ ਜਿੰਨਾ, ਅਤੇ ਉਹਦੇ 'ਚ ਕੀ ਹੁੰਦਾ ਵਾ ਵੀ ਉਹ ਸਾਨੂੰ ਜੋ ਰੇਟ ਉਹਨਾਂ ਦਿੱਤਾ ਸਾਨੂੰ ਲੈ ਕੇ ਆਉਣਾ ਪੈਣਾ। ਬਿਲਕੁਲ ਬਿਲਕੁਲ। ਹਾਂ, ਅਤੇ ਇਹ ਜਿੱਦਾਂ ਆਪਣੇ ਵੱਡੇ ਸ਼ਹਿਰ ਲਾਗੇ ਚੰਗੇ ਹੋਟਲ ਆ, ਆਪਾਂ ਥੋੜ੍ਹੀ ਜਿਹੀ ਮਿਹਨਤ ਕਰੀਏ, ਆਪਾਂ ਚੰਗੇ ਆਪਣਾ ਮੋਲਸ ਨੂੰ ਮਿਲੀਏ ਜਾਂ ਚੰਗੇ ਨੂੰ, ਅਤੇ ਥੋੜ੍ਹਾ ਥੋੜ੍ਹਾ ਕਰਕੇ ਕੋਈ ਬਰੋਕਲੀ ਕੋਈ ਕੈਪਸੀਕਮ ਕੋਈ ਕੁਛ, ਅਤੇ ਆਪਣੀ ਮਾਰਕੀਟ ਆਪ ਤੈਅ ਕਰੀਏ। ਹਾਂ, ਸ਼ਹਿਰਾਂ ਦੇ ਵਿੱਚ ਆਪਾਂ ਸ਼ਰਮ ਨਾ ਕਰੀਏ, ਪੜ੍ਹੇ ਲਿਖੇ ਨੌਜਵਾਨ ਵੀ ਇਸ ਚੀਜ਼ ਨੂੰ ਸਮਝਣ ਦੀ ਥੋੜ੍ਹੀ ਕੋਸ਼ਿਸ਼ ਕਰਨਗੇ ਵੀ ਜੇ ਆਪਾਂ ਥੋੜ੍ਹੀ ਸ਼ਰਮ ਕਰਦੇ ਹਾਂ ਤਾਂ ਫਿਰ ਸਾਨੂੰ ਥੋੜ੍ਹਾ ਜਿਹਾ ਦਿੱਕਤ ਆਉਂਦੀ ਹੈ, ਆਪਾਂ ਕਿਤੇ ਵੀ ਜਾ ਕੇ ਆਪਣੀ ਚੀਜ਼ ਹੈ ਆਪਾਂ ਕਿਤੇ ਜਾ ਕੇ ਬਹਿ ਕੇ ਵੇਚ ਸਕਦੇ ਹਾਂ। ਮਤਲਬ ਮੈਂ ਤੁਹਾਡੇ ਕੋਲ ਇਹ ਵੀ ਇੱਕ ਜਿਹੜੀ ਹੈਗਾ ਸੀ ਜਾਣਕਾਰੀ ਲੈਣੀ ਚਾਹੁੰਦਾ ਹਾਂ, ਮੰਨ ਲਓ ਜੇ ਕਿਸੇ ਜ਼ਿਮੀਦਾਰ ਦਾ 1/2 ਕਿੱਲਾ ਜ਼ਮੀਨ ਆ ਜਾਂ ਕਿੱਲਾ ਆ, ਛੋਟੇ ਜ਼ਿਮੀਦਾਰ ਵੀ ਹੈਗੇ ਆ, ਅਤੇ ਜੋ ਸਬਜ਼ੀ ਦਾ ਕਿੱਤਾ ਅਪਣਾ ਲੈਣ ਵੀ ਸਬਜ਼ੀ ਬੀਜਣ ਅਤੇ ਆਪਣੀ ਮਾਰਕੀਟਿੰਗ ਕਰਨ ਵੇਚਣ, ਹੈ ਨਾ, ਅੱਛੀਆਂ ਵਰਾਇਟੀਆਂ ਖੜ੍ਹਨ, ਅਤੇ ਰੋਟੀ ਵਧੀਆ ਉਹ ਨੌਜਵਾਨ ਕਮਾ ਸਕਦੇ, ਕਿੱਲੇ ਤੋਂ ਵੀ ਕਮਾ ਸਕਦੇ, ਖਾ ਸਕਦੇ ਆ, ਬਿਲਕੁਲ ਖਾ ਸਕਦੇ ਆ। ਮੈਂ ਚਲੋ ਉਸ ਚੀਜ਼ ਨੂੰ ਮੈਂ ਤੁਹਾਨੂੰ ਇੱਕ ਹੋਰ ਉਦਾਹਰਨ ਦੇ ਕੇ ਦੱਸਦਾ ਵੀ ਜਿਹੜਾ 10 ਕਿੱਲਿਆਂ ਤੋਂ ਜਿਹਦੇ ਕੋਲ ਘੱਟ ਜ਼ਮੀਨ ਹੈ, ਮੈਂ ਤਾਂ ਉਹਨੂੰ ਛੋਟਾ ਜ਼ਿਮੀਦਾਰ ਹੀ ਮੰਨਦਾ, ਹੈ ਨਾ, ਅਤੇ ਜਿਹੜਾ ਛੋਟਾ ਜ਼ਿਮੀਦਾਰ ਆ 2-3 ਕਿੱਲੇ 4 ਕਿੱਲੇ ਵਾਲਾ, ਉਹਨਾਂ ਨੂੰ ਕੀ ਕਰਨਾ ਚਾਹੀਦਾ ਵਾ, ਜੇ ਮੰਡੀ ਵੀ ਜਾਣਾ ਉਹਨਾਂ ਨੇ ਜਿੱਥੇ ਆਪਣੇ ਪੁਰਾਣੀਆਂ ਮੰਡੀ ਜਿਹੜੀਆਂ ਲੱਗਦੀਆਂ, ਜੇ ਉੱਥੇ ਵੀ ਜਾਣਾ, ਉਹਨਾਂ ਨੂੰ ਥੋੜ੍ਹਾ ਲੰਮੀਆਂ ਫਸਲਾਂ ਵੱਲ ਜਾਣਾ ਚਾਹੀਦਾ। ਲੰਮੀਆਂ ਫਸਲਾਂ ਦਾ ਭਾਵ ਜਿਸ ਤਰ੍ਹਾਂ ਹੁਣ ਮੈਂ ਕਿਹੜੀ ਭਿੰਡੀ ਇੰਡਸਟਰੀ ਵੇਚਣੀ ਆ, ਪਰ ਫਿਰ ਵੀ ਮੈਂ ਕਹਿੰਦਾ ਵੀ ਛੋਟਾ ਜ਼ਿਮੀਦਾਰ ਹੈ ਨਾ, ਉਹ 2 ਕਨਾਲ ਭਿੰਡੀ ਲਵਾ ਲਏ, ਉਹਨੇ 3-4 ਮਹੀਨੇ ਤੁਹਾਨੂੰ ਪੈਸੇ ਦੇਣੇ ਆ,
पैसे दे। छोटा जिमीदार है वो तुहाडा ना दा मिर्च ला ले दो कनाला, उन्हें तानू चार पांच महीने पैसे देने। दो कनाला मिर्च होगी, दो कनाला भिंडी होगी, अद्धा किला दो वैरायटियां होगी। हाँ, साफ जे लफ्जां च मैं कहां जिहड़ा छोटा जिमीदार है आपां लोड़ बदले किसी आड़ती कोल किसी कोल जाना पैंदा वा, आपां जे उधर थोड़ा जिहा बच जाईए ना, थोड़ा जिहा उधरों आपां उस चीज़ नूं अपने आप नूं कवर अपना कर लईए, ना जाना पवे ते अपने डेली सब्जी जावे। तो इन मैं दसदा भी जिस तरह तुम कह लो एक मिर्च या दो कनाल लाई हो ना, दो मरले तो एक छोटा जिमीदार दो एक एक दो जी घर दे, एक अद्धा अपना तुहाडा कोई लेबर दो ला लो, दो दो मरले ईजीली तोड़ सकते हैं तीन चार जने, दो दो मरलों के विचों कोई डेढ़ दो क्विंटल तो डेढ़ क्विंटल मिर्च आ जाते, तुम दस रुपये लैके चलो तो भी 1500 रुपये भी लै लो, 3000 रुपया पर डे आता, आना किन्ने दे चार महीने, चार महीने हाँ चार ज पांच वध घट भी हो सकता थोड़ा घट तो घट चार महीने का आएगा ना, तो उहदे च की आ हाँ वध घट हो सकते एक जे तुसीं औसतन गिन लो तो तुहानूं 2000 रुपया लगभग तुहानूं आ जाऊगा। तो उहदे नाल कि सानूं छोटे जिमीदार नूं किसे कोलों पैसे नहीं लैण जाणा पऊगा, हाँ जे पैसे लैण नहीं जांदा तो मन के चलो उहदे खर्चे जिहड़े आ खर्चे तो रोज़ होणे ते रोज़ पैसा होगा तो रोज़ वो मैनेज कर लूगा, फायदा सोड़ा आ जूगा तो मैनेज हो जाता, जो आऊ कोई ना मैनेज की होना है ना, इस करके मेरा तो मनना है भी जो छोटा जिमीदार है ना उन्हें लम्बी फसलों वाल थोड़ा जाना चाहिए है ना। तो दोस्तों ये तो गल हुई सी अपने नाल दी नाल कि छोटे जिहड़े जिमीदार आ वह धंधे नूं अपना के भी बड़े वधिया तरीके नाल इमानदारी नाल रोटी खा सकते हैं। हुण तुहानूं अगली जिहड़ी जानकारी देने आ कि ये तो होगी साड़ी जनवरी तो जिहड़ी पनीरियां शुरू होनी सब्जियां दियां, और उस तो बाद जो अगला ब्याड़ा वो बाबा बुढ़ा नर्सरी फार्म वाले ने किहड़ा तैयार करना वो भी तुहानूं जानकारी देने आ। आओ अगे आ जाओ। हाँ गिल साहब, पूरे साल का डाटा साढ़े किसान वीर दसो भी कि बाबा बुढ़ा नर्सरी फार्म तो मिलता थोड़े वालों मेन सीन से दस साहब तुम दस दिता फिर आप जनवरी फरवरी तो स्टार्ट कर दें, प्याज तो दसंबर तो ही कर देगा जो हाईब्रिड प्याज जिते आप खिलोते हैं, हाँ जी ये प्याज तो आप दसंबर तो स्टार्ट कर दें, फिर जनवरी फरवरी के अगर 10 घंटे जो वेल तैयार कर दी मिर्च ज टमाटो उस तो बाद साडा सीजन हुंदा वा जी स्टार्ट सितंबर तो, सितंबर तो वैसे तो जिहड़ी फुलगोभी की पनीरी है वह तो लगभग सारा साल ही देंदे थोड़ी थोड़ी भी मई जून थोड़ा ज्यादा घट जाता, तो फिर अक्तूबर सितंबर तो ज़्यादा मेन शुरू हो जाता, सितंबर अक्तूबर तो मेन शुरू हुंदा उहदे च, फिर अहीं उहदे च फुलगोभी हुंदी आ, उहदे च ब्रोकली साडे कोल पनीरी हुंदी आ, उहदे च बंद गोभी नहीं हुंदी आ, थोड़ा टमाटर भी थोड़ा थोड़ा जिहड़े वेल वाला टमाटर भी देईदा वा, उहदे च काफ़ी जिहड़ियां वरायटियां जिहड़ियां सियाल वालियां मेनली ज़्यादा गोभी दा हुंदा, फुल गोभी दी ज़्यादा नस्सी सड़ी जांदी है ज़्यादा फुल गोभी दा, हाँ तो फिर वह थोड़े थोड़े जितना उहनां दा किसे ने थोड़ा प्याज जिहड़ा अपना धनिया उहदे च पालक वो थोड़े थोड़े सीड भी थोड़े दे देईदे ज़्यादा तो नहीं, तो थोड़ा वो नाल चलता रहिंदा थोड़ा थोड़ा, तो इदा दो तीन साढ़े मेन सीजन तो साढ़े दो ही होंदे आ सितंबर अक्तूबर वाला तो जनवरी फरवरी वाला, तो थोड़ा सारा साल ही चलता रहता, थोड़ा थोड़ा सारा साल भी चलता रहता। जिस तरह गिल साहब वेखो सियाने कहिंदे आ भी एक इंसान जदों अपना किता शुरू करता ना तो 10 परिवार भी नाल पलदे आ, बिल्कुल अपने पिंड दीआं साडे वीर साडीआं भैणां जिहड़े मजदूर लोक आ ਉਹ ਵੀ ਤੁਹਾਡੇ ਮੈਂ ਕਈ ਵਾਰ ਵੇਖਿਆ ਕਿ ਇੱਥੇ ਫਾਰਮ 'ਤੇ ਮਿਹਨਤ ਕਰ ਰਹੇ ਹੁੰਦੇ ਆ, ਔਰ ਤੁਸੀਂ ਕੰਮ 'ਤੇ ਮੰਨ ਲਓ ਆਪਣੇ ਲਈ ਸ਼ੁਰੂ ਕੀਤਾ ਅਤੇ 10 ਪਰਿਵਾਰ ਵੀ ਨਾਲ ਮਿਹਨਤ ਕਰਕੇ ਰੋਟੀ ਖਾ ਰਹੇ ਆ, ਬਿਲਕੁਲ ਬਿਲਕੁਲ ਸਹੀ, ਇਹ ਵੀ ਇੱਕ ਬੜਾ ਵੱਡਾ ਪਲੱਸ ਪੁਆਇੰਟ ਹੈ ਹੈ ਨਾ, ਉਹਨਾਂ ਨੂੰ ਰੁਜ਼ਗਾਰ ਵੀ ਮਿਲ ਰਿਹਾ। ਦੋਸਤੋ ਇੱਕ ਸਭ ਤੋਂ ਵੱਡਾ ਜਿਹੜਾ ਪਲੱਸ ਪੁਆਇੰਟ ਤੁਹਾਡਾ ਮੈਂ ਸਾਂਝਾ ਕਰ ਰਿਹਾ ਕਿ ਗਿੱਲ ਸਾਹਿਬ ਦੇ ਵੱਡੇ ਭਾਈ ਸਰਦਾਰ ਸ਼ਮਸ਼ੀਰ ਸਿੰਘ ਉਹਨਾਂ ਦਾ ਵੀ ਬੜਾ ਜੀ ਤਗੜਾ ਯੋਗਦਾਨ ਹੈ, ਪੂਰੇ ਪਰਿਵਾਰ ਦਾ ਹੀ ਹੈ ਸਾਡਾ, ਸਾਰਾ ਪਰਿਵਾਰ ਬਹੁਤ ਮਿਹਨਤ ਕਰਦਾ, ਔਰ ਇਹਨਾਂ ਦੇ ਮਾਤਾ ਪਿਤਾ ਉਹ ਵੀ ਨਾਲ ਪੂਰਾ ਹੱਥ ਵਟਾਉਂਦੇ ਆ, ਅਤੇ ਸਭ ਤੋਂ ਵੱਡਾ ਪਲੱਸ ਪੁਆਇੰਟ ਇਹ ਹੈ ਕਿ ਮਤਲਬ ਇੱਕ ਇਲਾਕੇ ਵਿੱਚ ਵੀ ਇੱਕ ਬੜਾ ਤਗੜਾ ਇੱਕ ਮੈਸੇਜ ਆ ਕਿ
ਆਪਣਾ ਕੰਮ ਕਰੋ ਤੇ ਆਪਣੇ ਕੰਮ 'ਚ ਰੁੱਝੇ ਰਹੋ। ਬਿਲਕੁਲ ਬਿਲਕੁਲ, ਨਾ ਕਿਸੇ ਦੀ ਤੁਸੀਂ ਚੰਗੀ ਚਾਹੋ, ਨਾ ਤੁਸੀਂ ਕਿਸੇ ਦੀ ਮਾੜੀ ਚਾਹੋ, ਮਤਲਬ ਤੁਸੀਂ ਆਪਣੇ ਕੰਮ 'ਚ ਰੁੱਝੇ ਹੋ, ਤੁਹਾਡਾ ਪਰਿਵਾਰ ਵੀ ਖੁਸ਼ ਆ ਔਰ ਤੁਹਾਡੇ ਰਿਸ਼ਤੇਦਾਰ ਵੀ ਖੁਸ਼ ਆ, ਤੁਹਾਡਾ ਆਲਾ ਦੁਆਲਾ ਵੀ ਖੁਸ਼ ਆ। ਗਿੱਲ ਸਾਹਿਬ, ਸਾਡੇ ਵੀਰਾਂ ਨੂੰ ਜਿਹੜੇ ਪ੍ਰੋਗਰਾਮ ਵੇਖ ਰਹੇ ਆ, ਹੋ ਸਕਦਾ ਕਿ ਪ੍ਰੋਗਰਾਮ ਵੇਖਦਿਆਂ ਸਾਰ ਕਿਸੇ ਨੇ ਤੁਹਾਨੂੰ ਕਾਲ ਵੀ ਕਰਨੀ ਹੋਵੇ ਤੇ ਆਪਣਾ ਕੰਟੈਕਟ ਨੰਬਰ ਵੀ ਦੱਸੋ। ਕੰਟੈਕਟ ਨੰਬਰ ਮੇਰੇ 2 98 43 80 858 85 43 43 315, ਦੋ ਨੰਬਰ ਹੈ ਜਿਹੜੇ ਨਰਸਰੀ ਫਾਰਮ ਲਈ ਅਸੀਂ ਇੱਥੇ ਵਰਤਦੇ ਹਾਂ ਅਤੇ ਉਹ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮੀ 8 ਵਜੇ ਤੱਕ ਜਦੋਂ ਕੋਈ ਮਰਜ਼ੀ ਕਾਲ ਕਰ ਸਕਦਾ। ਹਾਂ, ਤਾਂ ਮੈਂ ਤਾਂ ਇਹ ਵੀ ਵੇਖਿਆ ਕਿ CCTV ਮਤਲਬ ਕਿਹੜੇ ਕੈਮਰੇ ਵੀ ਲੱਗੇ ਪਏ ਆ, ਉਹਦਾ ਬਸ ਸਿਕਿਉਰਿਟੀ ਵਾਸਤੇ ਚਾਹੀਦਾ। ਮੇਰੇ ਜਿੰਨੇ ਹੀ ਨਰਸਰੀ ਨਾ ਉਹ ਸਾਰੇ ਕੈਮਰੇ ਕਵਰ ਕਰਦੇ ਆ। ਠੀਕ ਹੈ, ਕੈਮਰੇ ਕਵਰ ਕਰਦੇ, ਲਾਈਟਾਂ ਲੱਗੀਆਂ, ਗੁਰਬਾਣੀ ਇੱਥੇ 24 ਘੰਟੇ ਚੱਲਦੀ ਆ। ਹਾਂਜੀ, ਉਹ ਮੇਰਾ ਆਪਣਾ ਇੱਕ ਸੁਪਨਾ ਸੀਗਾ ਕਿ ਮੈਂ ਜਿਵੇਂ ਪਰਮਾਤਮਾ ਨੇ ਚਾਹਿਆ ਜੇ ਕਿਤੇ ਇੱਦਾਂ ਦਾ ਮੇਰਾ ਬਣਿਆ ਫਾਰਮ ਤਾਂ ਮੇਰੀ ਗੁਰਬਾਣੀ ਜ਼ਰੂਰ ਚੱਲੂਗੀ, ਅਤੇ ਉਹ ਅੱਜ ਪਰਮਾਤਮਾ ਨੇ ਕਿਰਪਾ ਕੀਤੀ ਅਤੇ ਚੱਲਦੀ ਹੈ। ਅਤੇ ਉਹਦੇ 'ਚ ਇੱਕ ਤਾਂ ਗੱਲ ਕੀਤੀ ਸੀ ਵੀ ਨਾ ਤਾਂ ਪਰਿਵਾਰ ਪਾਲਣ ਦੀ, ਪਰਿਵਾਰ ਮੈਂ ਤਾਂ ਕਿਸੇ ਦੇ ਕੀ ਪਾਲਣੇ, ਪਰਮਾਤਮਾ ਪਾਲਦਾ ਹਰ ਇੱਕ ਨੂੰ। ਬਾਕੀ ਜ਼ਰੀਆ ਤਾਂ ਤੁਸੀਂ ਬਣਿਆ ਨਾ, ਜ਼ਰੀਆ ਵੇਖੋ ਹਰ ਇੱਕ ਆਪਾਂ ਨਾ ਇੱਕ ਚੀਜ਼ ਨਾਲ ਇੱਕ ਜੁੜੇ ਹੋਏ ਹਾਂ। ਹਾਂਜੀ, ਠੀਕ ਹੈ, ਮੈਂ ਬੀਜ ਲੈ ਕੇ ਆਉਂਦਾ, ਬੀਜ ਕੋਈ ਤਿਆਰ ਕਰਦਾ ਵਾ, ਮੈਂ ਖਾਦ ਲੈ ਕੇ ਆਉਂਦਾ, ਖਾਦ ਕੋਈ ਤਿਆਰ ਕਰਦਾ ਵਾ, ਅਤੇ ਇਸੇ ਤਰ੍ਹਾਂ ਇੱਕ ਦੂਜੀ ਚੀਜ਼ ਨਾਲ ਜੁੜੇ ਹੋਏ ਹਾਂ। ਹੁਣ ਇਹ ਪਰਿਵਾਰ ਵੀ ਮੇਰੇ ਨਾਲ ਜੁੜੇ ਹੋਏ ਆ, ਮੇਰੇ ਨਾਲ ਬੜੇ ਲੰਬੇ ਸਮੇਂ ਤੋਂ, ਜੇ ਉਹਦੀ ਮੈਂ ਨਸ਼ੀ ਛੱਡ ਕੀਤੀ ਉਦੋਂ ਤੋਂ ਮੇਰੇ ਨਾਲ, ਮੇਰੇ ਮੁੰਡੇ ਨਾਲ ਜਿਹੜੇ ਇੱਥੇ ਕੰਮ ਕਰਦੇ ਆ, ਜਿਹੜੀਆਂ ਇਹਦੇ ਭੈਣਾਂ ਕੰਮ ਕਰਦੀਆਂ ਵਾ, ਕੋਈ 5-7-10 ਭੈਣਾਂ ਕੰਮ ਕਰਦੀਆਂ, ਕੋਈ 5-4 ਮੇਰੇ ਨਾਲ ਜਿਹੜੇ ਛੋਟੇ ਨੌਜਵਾਨ ਉਹ ਕੰਮ ਕਰਦੇ ਆ, ਅਤੇ ਬਾਕੀ ਅਸੀਂ ਸਾਰਾ ਪਰਿਵਾਰ ਮਿਹਨਤ ਕਰਦੇ ਹਾਂ ਅਤੇ ਬਹੁਤ ਕਰਦੇ ਹਾਂ। ਅਤੇ ਉਹਦੇ ਨਾਲ ਫਿਰ ਇੱਕ ਮੈਸੇਜ ਇਹੋ ਹੀ ਜਾਂਦਾ ਵਾ ਵੀ ਜੇ ਤੁਸੀਂ ਮਿਹਨਤ ਕਰਦੇ ਹੋ ਅਤੇ ਪਰਮਾਤਮਾ ਤੁਹਾਨੂੰ ਉਹਦਾ ਫਲ ਜ਼ਰੂਰ ਦਿੰਦਾ। ਕਿਸੇ ਕਿਤਾਬ 'ਚ ਲਿਖਿਆ ਵੀ ਤੁਸੀਂ ਮਿਹਨਤ ਕਰੀ ਜਾਓ ਅਤੇ ਤੁਹਾਨੂੰ ਫਲ ਨਾ ਮਿਲੇ, ਦੇਰ ਹੋ ਸਕਦੀ ਹੈ, ਮਿਲਦਾ ਜ਼ਰੂਰ। ਤਾਂ ਗਿੱਲ ਸਾਹਿਬ, ਤੁਹਾਡੇ ਜਿਹੜੇ ਘੋੜੇ ਮੈਨੂੰ ਉਹ ਵੀ ਬੜੇ ਪਿਆਰੇ ਲੱਗੇ ਆ, ਅਤੇ ਦੋਸਤੋ ਅਜੇ ਪ੍ਰੋਗਰਾਮ ਤੋਂ ਹਟਿਆ ਨਾ, ਇੱਕ ਮਿੰਟ ਹੋਰ ਦਿਓ, ਆਪਾਂ ਤੁਹਾਨੂੰ ਗਿੱਲ ਸਾਹਿਬ ਹੋਣਾ ਦੇ ਘੋੜੇ ਵੀ ਵਿਖਾਉਂਦੇ ਹਾਂ। ਆਓ ਜੀ ਗਿੱਲ ਸਾਹਿਬ। ਅੱਛਾ ਗਿੱਲ ਸਾਹਿਬ, ਇਹ ਵਰਾਇਟੀ ਕਿਹੜੀ ਆ ਅਤੇ ਇਹਨਾਂ ਨੂੰ ਪਾਉਂਦੇ ਕੀ ਜੇ? ਇਹ ਜੀ ਮਾਰਵਾੜੀ ਨਸਲ ਆ। ਅੱਛਾ, ਅਤੇ ਪਾਉਂਦਾ ਤੇ ਰੰਧਾਵਾ ਸਾਹਿਬ, ਜੋ ਆਪਣਾ ਆਪਾਂ ਚੰਗਾ ਜਿਸ ਤਰ੍ਹਾਂ ਖਾਂਦੇ, ਇਹਨਾਂ ਨੂੰ ਬਹੁਤ ਚੰਗਾ ਹੀ ਪਾਉਣਾ ਪੈਂਦਾ। ਠੀਕ ਹੈ, ਉਹਦੇ 'ਚ ਮੂੰਗਫਲੀ ਦਾ ਨੀਰਾ ਹੁੰਦਾ ਜਿਹੜਾ ਮੇਨਲੀ ਇਹਨਾਂ ਦੀ ਖੁਰਾਕ ਆ ਸਿਆਲ 'ਚ। ਸਿਆਲ 'ਚ ਜਿਹੜੀ ਖੁਰਾਕ ਆ, ਅਤੇ ਬਾਅਦ 'ਚ ਜਿਸ ਤਰ੍ਹਾਂ ਗਰਮੀਆਂ ਦੇ ਵਿੱਚ ਇਹਨਾਂ ਨੂੰ ਪਾਈਦੀ ਹੈ ਜੌਂ, ਜਵੀ, ਅਤੇ ਸਿਆਲ ਦੇ ਵਿੱਚ ਅਲਸੀ ਦਾ ਤੇਲ ਤੇ ਲੂਸਣ ਬੀਜਿਆ ਨਾਲ ਹੀ, ਤੇ ਬੜੇ ਬੜਾ ਰੰਧਾਵਾ ਸਾਹਿਬ ਇੱਕ ਚੀਜ਼ ਹੈਗੀ, ਇਹਨਾਂ ਨਾਲ ਮਨ ਬਹੁਤ ਲੱਗਦਾ ਸਾਰਾ ਦਿਨ। ਸ਼ਕਲ ਬਹੁਤ ਸੋਹਣੀ ਆ, ਬਹੁਤ ਪਿਆਰੇ, ਬਹੁਤ ਪਿਆਰੇ ਆ। ਹਾਂ, ਤੇ ਇਹ ਮੇਰਾ ਇੱਕ ਦੋਸਤ ਆ ਜੀ BS ਫਾਈਨਾਂਸ ਤੋਂ ਵੀਰ। ਅੱਛਾ, ਉਹਦੇ ਉਹਨੇ ਮੈਨੂੰ ਗਿਫਟ ਕੀਤੀ ਹੈ। ਵਾਹ ਜੀ ਵਾਹ, ਇਹਦਾ ਉਹਨੇ ਕੋਈ ਪੈਸਾ ਨਹੀਂ ਲਿਆ ਮੇਰੇ ਕੋਲੋਂ। ਵਾਹ ਜੀ ਵਾਹ, ਤੇ ਉਹ ਮੇਰੇ ਭੂਆ ਜੀ ਇਹਨਾਂ ਦਾ ਆਪਣਾ, ਉਹਨੇ ਮੇਰੇ ਭੂਆ ਜੀ ਦੇ ਕੋਲੋਂ ਲਿਆਂਦਾ ਸੀ, ਮੈਂ ਉਹਨਾਂ ਦੀ ਉੱਥੇ ਡੇਅਰੀ ਨਾਲ ਉਹ। ਅੱਛਾ, ਉਹ ਉਹਨਾਂ ਨੇ ਗਿਫਟ ਕੀਤਾ ਮੈਨੂੰ। ਅੱਛਾ, ਤੇ ਹੁਣ ਮੈਂ ਅਗਲਾ ਮੇਰਾ ਪਲਾਨ ਆ ਵੀ ਮੈਂ ਇਹਨਾਂ ਨੂੰ ਵਧਾਉਣਾ ਇੱਥੇ ਆ, ਅਗਲੇ 2 ਜੇ ਪਰਮਾਤਮਾ ਚਾਹ ਤੇ ਅਗਲੇ ਸਾਲ 2 ਸਾਲ ਦੇ ਵਿੱਚ ਮੈਂ ਇਹਨਾਂ ਦਾ ਹੋਰ ਖੁੱਲ੍ਹਾ ਅਤੇ ਵੱਡਾ, ਅਤੇ 2-4 ਇਹਨਾਂ ਦੇ ਭੈਣ ਭਰਾ ਕੋਈ ਚੰਗੇ ਜਾਨਵਰ ਹੋਰ ਲਿਆਊਂਗਾ। ਇਹ ਤਾਂ ਸਵਾਰੀ ਦਾ ਵੀ ਪ੍ਰੋਗਰਾਮ ਬਣਾਇਆ ਰੰਧਾਵਾ ਸਾਹਿਬ, ਹਲੇ ਇਹ ਛੋਟੀ ਆ, ਜੇ 22-23 ਮਹੀਨਿਆਂ ਦੀ ਆ। ਅੱਛਾ ਜੀ, ਹਾਂ, ਅਤੇ ਹਲੇ 22-23 ਮਹੀਨਿਆਂ ਦੀ, ਇਹ ਜਦੋਂ 30 ਕੁ ਮਹੀਨਿਆਂ ਦੀ, 2.5 ਸਾਲਾਂ ਦੀ ਹੁੰਦੀ ਤਾਂ ਫਿਰ ਆਪਾਂ ਸ਼ੁਰੂ ਕਰਨੀ ਆ, ਹੈਨਾ? ਚਲੋ, ਅਤੇ ਸਾਨੂੰ ਵੀ ਸਵਾਰੀ ਕਰਨ ਦਾ ਜਿਹੜਾ ਮੌਕਾ ਮਿਲੂਗਾ ਬਿਲਕੁਲ ਕਰਾਵਾਂਗੇ, ਅਤੇ ਬਹੁਤ ਪਿਆਰ ਕਰਦੇ ਆ ਵੇਖੋ ਉਹਨਾਂ ਦਾ, ਜਿੰਨਾ ਚਿਰ ਆਪਾਂ ਇੱਥੇ ਰਹੇ ਤੇ ਆਪਣੇ ਕੋਲ ਰਹਿਣਾ, ਅਤੇ ਸਾਰਾ ਦਿਨ ਮੈਂ ਆਪਣਾ ਜਿੱਥੇ ਨਰਸਰੀ ਦੇ ਨਾਲ ਕਰਦਾ ਅਤੇ ਉੱਥੇ ਇਹਨਾਂ ਨੂੰ ਮੈਂ ਇਹਨਾਂ ਦਾ ਵੀ ਧਿਆਨ ਪੂਰਾ ਰੱਖਦਾ। ਯਾਨੀ ਕਿ ਪਿੰਡ ਸੋਈਆਂ ਦੇ ਵਿੱਚ ਇਹ ਚੀਜ਼ਾਂ ਦਾ ਜਿਹੜਾ ਵਾਧਾ ਹੋਊਗਾ। ਹਾਂ ਹਾਂ, ਵੇਖੋ ਕਿੰਨਾ ਪਿਆਰ ਕਰ ਰਾਜਾ ਜੀ, ਹੈ ਰਾਜਾ, ਹੈਨਾ? ਅਤੇ ਇਹਦਾ ਨਾਂ ਰੱਖਿਆ ਜੀ ਆਪਾਂ ਬੈਲਾ, ਬੈਲਾ, ਬੈਲਾ ਮਾਰਵਾੜੀ ਨਸਲ ਆ। ਅਤੇ ਮੈਨੂੰ ਇਹ ਜੀ ਗਿਫਟ ਕੀਤੀ ਆ ਮੇਰੇ ਦੋਸਤ ਨੇ। ਚਲੋ, ਇਹ ਸਾਡੇ ਕੋਲ ਰਹੇ ਤਾਂ ਸਾਡੇ ਪਿੰਡ ਦੀ ਸ਼ਾਨ ਵੀ ਬਣੀ ਰਹੇ, ਕੱਲ੍ਹ ਨੂੰ ਅਸੀਂ ਕੋਈ ਸ਼ੂਟਿੰਗ ਕਰਨੀ ਹੋਵੇ ਤਾਂ ਅਸੀਂ ਇਸਤੇਮਾਲ ਤਾਂ ਕਰ ਸਕਾਂਗੇ ਨਾ। ਹਾਂਜੀ ਹਾਂਜੀ, ਅਤੇ ਗਿੱਲ ਸਾਹਿਬ, ਸਾਡੇ ਦੋਸਤਾਂ ਨੂੰ, ਸਾਡੇ ਵੀਰਾਂ ਨੂੰ, ਸਾਡੇ ਭੈਣ ਭਰਾਵਾਂ ਨੂੰ ਤੁਸੀਂ ਬਹੁਤ ਸੋਹਣੀ ਜਾਣਕਾਰੀ ਦਿੱਤੀ ਆ, ਔਰ ਮੈਂ ਇਹ ਆਸ ਵੀ ਕਰੂੰਗਾ ਕਿ ਜੇ ਤੁਸੀਂ ਵੀ ਸਾਰੇ ਸਬਜ਼ੀ ਦੇ ਨਾਲ ਜੁੜਨਾ ਚਾਹੁੰਦੇ ਹੋ ਔਰ ਇੰਨਾ ਪਿਆਰੇ ਪਿਆਰੇ ਜਾਨਵਰਾਂ ਨਾਲ ਜੁੜਨਾ ਚਾਹੁੰਦੇ ਹੋ ਤਾਂ ਜ਼ਰੂਰ ਮਤਲਬ ਤੁਸੀਂ ਇਹਨਾਂ ਨੂੰ ਕਾਲ ਵੀ ਕਰੋ ਔਰ ਹੈਪੀ ਹੈਪੀ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਇਹਨੂੰ ਵੱਧ ਤੋਂ ਵੱਧ ਇੰਟਰਵਿਊ ਨੂੰ ਸ਼ੇਅਰ ਵੀ ਕਰੋ
ਤੇ ਗਿੱਲ ਸਾਹਿਬ ਬੈਲਾ ਜੀ ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਗਿੱਲ ਸਾਹਿਬ ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਧੰਨਵਾਦ ਸਰ ਧੰਨਵਾਦ।